ਵੀਰ ਸਿੰਘ ਕਹਿੰਦਾ ਪਹਿਲਾਂ ਮੈਨੂੰ ਸੁਣਿਆ, ਧੀਰ ਸਿੰਘ ਕਹਿੰਦਾ ਪਹਿਲਾਂ ਮੈਨੂੰ ਸੁਣਿਆ। ਮਹਾਰਾਜ ਮੈਂ ਪਹਿਲਾਂ ਸੁਣਿਆ, ਮੈਂ ਆਇਆ, ਮੇਰੀ ਛਾਤੀ ਚ ਗੋਲੀ ਮਾਰੋ। ਦੂਜਾ ਕਹਿੰਦਾ ਨਾ ਮਹਾਰਾਜ ਮੇਰੀ ਛਾਤੀ ਚ ਗੋਲੀ ਮਾਰੋ। ਡੱਲਾ ਖਲੋਤਾ ਵੇਖਦਾ ਹੈ, ਹੈਰਾਨ ਹੁੰਦਾ, ਇਹਨੂੰ ਕਹਿੰਦੇ ਨੇ ਪ੍ਰੇਮ। ਇਹ ਪ੍ਰੇਮ ਦੇ ਪਿਆਰ ਦੇ ਪ੍ਰਤੱਖ ਦਰਸ਼ਨ ਨੇ। ਸਾਨੂੰ ਤੇ ਮਾੜੀ ਜੀ ਸੱਟ ਵਜੇ ਨਹੀਂ ਚੱਲ ਸਕਦੇ, ਮਾੜਾ ਜਿਹਾ ਦੁੱਖ ਹੋਵੇ, ਮਾੜਾ ਜਿਹਾ ਐਕਸੀਡੈਂਟ ਹੋ ਜਾਵੇ, ਚਲੋ ਕੋਈ ਨੀ ਜੀ, ਭਾਣਾ ਇਸ ਸਤਿਗੁਰਾਂ ਦਾ, ਭਾਣਾ ਮੰਨੋ। ਉਹੀ ਕਾਰ ਮਹੀਨੇ ਕੁ ਬਾਅਦ ਫਿਰ ਠੁੱਕ ਜੇ, ਇਹ ਗੱਲ ਕੀ ਹੋਣ ਕੀ ਲੱਗ ਪਿਆ ਹੈ। ਉਹੀ ਕਾਰ ਜਾਂ ਕੋਈ ਹੋਰ ਘਰ ਵਿੱਚ ਮਹੀਨੇ ਕੁ ਬਾਅਦ ਹੀ ਕੁਝ ਹੋਰ ਹੋ ਜਾਏ, ਕਹਿਣਗੇ ਪੁੱਛੋ ਕਿਸੇ ਨੂੰ, ਇਹ ਕੋਈ ਕਿਰਾਇਆ ਹੈ ਕਿਸੇ। ਤੀਜਾ ਚੌਥਾ ਚਾਂਸ ਨਹੀਂ ਚੱਲ ਸਕਦਾ। ਇੱਕ ਜੀ ਬਿਮਾਰ ਹੈ ਤੇ ਭਾਣਾ ਹੈ, ਕੋਈ ਨੀ ਜੀ ਭਾਣਾ ਮੰਨੋ ਠੀਕ ਹੋ ਜਾਏ, ਦੂਜਾ ਵੀ ਨਾਲ ਹੀ ਹੋ ਜਾਏ, ਇਹ ਕੀ ਹੋ ਰਿਹਾ। ਤੀਜੇ ਵਾਰੀ ਜਦੋਂ ਤੀਜਾ ਚੌਥਾ ਵੀ ਕੋਈ ਮੰਜੀ ਤੇ ਪੈ ਜਾਏ ਤੇ ਉਸੇ ਵੇਲੇ ਫਿਰ ਲੱਭੋ ਬਈ, ਕੋਈ ਧਾਗਾ ਕਰਾਓ, ਗਲ ਚ ਪਵਾਓ, ਕੁਛ ਕਰਾਓ ਬਈ, ਬਸ ਇੱਥੇ ਤੱਕ ਹੀ ਖਲੋਤਾ ਹੈ ਮਨ। ਹੁਣ ਭੱਜੇ ਗਏ ਮਹਾਰਾਜ ਦੇ ਸਾਹਮਣੇ ਖਲੋ ਗਏ, ਡੱਲਾ ਵੇਖਦਾ ਹੱਦ ਹੋ ਗਈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਮੇਰੀ ਵੀ ਲਿਖੀ ਹੈ ਮੋਰੀ, ਪੁਰਾਤਨ ਬੀੜਾਂ ਚ ਮੋਰੀ ਲਿਖੀ, ਹੁਣ ਮੇਰੀ ਵੀ ਆਉਂਦਾ ਲਿਖਿਆ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋ ਗਏ, ਮੇਰੀ ਛਾਤੀ ਚ ਗੋਲੀ ਮਾਰ। ਦੂਜਾ ਕਹਿੰਦਾ ਮੇਰੀ ਛਾਤੀ ਚ ਗੋਲੀ ਮਾਰ। ਮਹਾਰਾਜ ਕਹਿੰਦੇ ਇੱਕ ਚਾਹੀਦਾ, ਦੋਵੇਂ ਖਲੋ ਗਏ, ਖਲੋ ਜਾਓ ਫਿਰ। ਸੱਜੇ ਨੂੰ ਕਰਨ ਭੱਜ ਕੇ ਸੱਜੇ ਹੋ ਜਾਂਦੇ, ਖੱਬੇ ਨੂੰ ਕਰਨ ਖੱਬੇ ਹੋ ਜਾਂਦੇ, ਥੱਲੇ ਨੂੰ ਰਾਈਫਲ ਕਰਦੇ ਥੱਲੇ ਬਹਿ ਜਾਂਦੇ, ਉੱਪਰ ਨੂੰ ਕਰਦੇ ਅੱਡੀਆਂ ਚੁੱਕ ਲੈਂਦੇ ਆ। ਵੀ ਛਾਤੀ ਚ ਗੋਲੀ ਵੱਜਣੀ ਚਾਹੀਦੀ ਹੈ। ਨਵਨਵਾਂ ਸਾਹਿਬ ਦਾ ਜ਼ਿਕਰ ਹੈ, ਸੱਚੇ ਪਾਤਸ਼ਾਹ ਉਸ ਵੇਲੇ ਆਖਣ ਉੱਪਰ ਨੂੰ ਰਾਈਫਲ ਕਰਕੇ ਆਕਾਸ਼ ਵੱਲ ਚਲਾ ਦਿੱਤੀ, ਮਰ ਗੋਲੀ ਮਾਰੀ ਨਹੀਂ। ਮਰ ਕਹਿੰਦੇ ਮਾਰਨ ਨੂੰ ਨਹੀਂ, ਅਸੀਂ ਤੇ ਤਾਰਨ ਨੂੰ ਆਏ। ਵੇਖ ਜਰਾ ਕਿੱਥੇ ਤੇਰੇ ਤਨਖਾਹੀ, ਆ ਮੇਰੇ ਪਿਆਰ ਵਾਲਿਆਂ ਦੀ ਕੀ ਰੀਸ ਕਰ ਲੈਣ, ਇਹ ਕੀ ਰੀਸ ਕਰ ਲੈਣਗੇ ਬਈ।
ਸਾਰਾ ਸੱਚੇ ਪਾਤਸ਼ਾਹ ਕਹਿੰਦੇ ਲਿਆ ਫਿਰ ਤੇ ਜਾਨ ਤਲੀ ਤੇ ਧਰ ਕੇ ਸਰਸਾ ਪਾਰ ਕੀਤਾ ਉਦੋਂ ਵੀ ਨਾਲ ਸਨ ਚਮਕੌਰ ਦੀ ਗੜੀ ਤੇ ਤੀਰਾਂ ਦੀ ਵਰਖਾ ਹੋ ਰਹੀ ਸੀ ਇਹਨਾਂ ਮੇਰਾ ਸਾਥ ਨਾ ਛੱਡਿਆ ਡੱਲਿਆ ਮੈਂ ਕੰਡਿਆਂ ਤੇ ਪਿਆ ਏ ਫਿਰ ਵੀ ਮੇਰੇ ਨਾਲ ਰਹੇ ਆ ਤੇਰੇ ਕੀ ਰੀਸ ਕਰਨਗੇ ਤਨਖਾਈਏ ਵਾਹ ਵਾਹ ਇਹ ਕੀ ਜਾਣਦੇ ਨੇ ਪ੍ਰੇਮ ਦੀ ਸਾਰ ਨੂੰ ਉਹ ਤੇ ਬਾਤ ਹੀ ਵੱਖਰੀ ਸਿੱਖੀ ਆ ਰਸਨਾ ਕਰੋੜਾਂ ਜਨਮ ਲੈ ਲਈਏ ਮੈਂ ਕਹਿੰਦਾ ਕਰੋੜਾਂ ਜਨਮ ਕਲਗੀ ਧਰ ਦੀ ਮਹਿਮਾ ਗਾਉਂਦੇ ਰਹੀਏ ਅਸੀਂ ਉਹਨਾਂ ਦਾ ਅੰਤ ਨਹੀਂ ਪਾ ਸਕਦੇ ਮੈਂ ਕਹਿੰਦਾ ਗੁਣਾਂ ਦਾ ਅੰਤ ਪਾ ਕੇ ਲੈਣਾ ਵੀ ਕੀ ਮੈਂ ਹਮੇਸ਼ਾ ਬੇਨਤੀ ਕੀਤੀ ਬੇਅੰਤ ਦਾ ਅੰਤ ਅਸੀਂ ਪਾ ਹੀ ਨਹੀਂ ਸਕਣਾ ਕਲਗੀ ਧਰ ਦਾ ਸਾਨੀ ਕੋਈ ਨਹੀਂ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰੇ ਉਹਨੇ ਆਕਾਸ਼ ਦਾ ਅੰਤ ਪਾ ਕੇ ਲੈਣਾ ਵੀ ਕੀ ਆਨੰਦ ਲਏ ਮੱਛੀ ਸਮੁੰਦਰ ਵਿੱਚ ਤਾਰੀਆਂ ਲਾਵੇ ਆਨੰਦ ਲਵੇ